ਇਹਨਾਂ ਦੇ ਭਾਣੇ ਮੈਂ ਸੁੱਤੀ ਹਾਂ, ਮੈਨੂੰ ਨੀਂਦ ਕਿੱਥੇ ਆਉਣ ਵਾਲੀ ਹੈ? ਜਿੰਨੀ ਦੇਰ ਮੈਨੂੰ ਪਤਾ ਨਹੀਂ ਲੱਗਦਾ ਇਹਨੇ ਵਿਚੋਲਣ ਨੂੰ ਕਿਹੜੇ ਕੰਮ ਵਾਸਤੇ ਸੱਤਿਆ। ਲੈ ਸੋਨੇ ਦੀ ਮੁੰਦਰੀ, ਉਹ ਵੀ ਰਿਸ਼ਤੇ ਤੋਂ ਪਹਿਲਾਂ। ਨਾ ਕੀ ਕਰਨੀ ਹੈ, ਇਹ ਹੁਣ ਮੈਂ ਰੱਖ ਹੀ ਲੈਂਦੀ ਹਾਂ, ਇਹ ਮੈਂ ਆਪਣੀ ਧੀ ਨੂੰ ਪਾਵਾਂਗੀ। ਮੇਰੀ ਜਠਾਣੀ ਦੀ ਨੂੰਹ ਨਾਲੋਂ ਨਾ ਮੇਰੀ ਨੂੰਹ ਜ਼ਿਆਦਾ ਸੋਹਣੀ ਹੋਣੀ ਚਾਹੀਦੀ। ਨਾਲੇ ਇੱਕ ਗੱਲ ਹੋਰ, ਇਹਦੀ ਗੱਲ ਬਣੇ ਜਾਂ ਨਾ ਬਣੇ, ਮੇਰੇ ਮੁੰਡੇ ਦੀ ਗੱਲ ਜ਼ਰੂਰ ਬਣਾਈ। ਤੁਹਾਨੂੰ ਆ ਗਿਆ ਪਤਾ, 10 ਵੱਜ ਗਏ ਆ, ਅਜੇ ਤੂੰ ਨਹਾ ਕੇ ਤੇ ਤਿਆਰ ਹੋਣਾ ਵਾ। ਤੂੰ ਇੱਦਾਂ ਕਰਨਾ, ਮੈਂ ਤੇਰੇ ਕੱਪੜੇ ਲਿਆਉਣੀ ਕੱਢ ਕੇ ਤੇ ਬਾਅਦ ਚ ਤੈਨੂੰ ਰੋਟੀ ਪਾ ਦਿੰਦੀ। ਕੀ ਰੌਲਾ ਪਾਇਆ ਤੁਸੀਂ ਦੋਵਾਂ ਨੇ, ਕਿੱਦਾਂ ਘਰ ਸਿਰ ਤੇ ਚੁੱਕਿਆ ਵਾ? ਨਾਲੇ ਤੈਨੂੰ ਮੇਰੇ ਸਮਝਾਈ ਦੀ ਸਮਝ ਨਹੀਂ ਲੱਗਦੀ। ਬਹਿ ਕੇ ਤੁਹਾਨੂੰ ਪੱਗ ਵੱਜ ਗਈ ਹੈ ਨਾ, ਤੇ ਤੂੰ ਕੋਈ ਗੱਲ ਵੀ ਢਿੱਡ 'ਚ ਲੁਕੋ ਲਿਆ ਕਰ। ਤੂੰ ਇਹ ਸਮਝਦਾ ਵਾ ਜਿੱਦਾਂ ਦਾ ਮੈਂ ਵਾਂ ਤੇ ਉੱਦਾਂ ਦਾ ਹੀ ਅਗਲਾ ਵਾ। ਪਰ ਪੁੱਤ ਦੁਨੀਆ ਕਈ ਰੰਗਾਂ ਦੀ ਆ, ਸਭ ਤੋਂ ਵੱਧ ਰੰਗ ਤਾਂ ਤੇਰੀ ਚਾਚੀ 'ਚ ਵਾ। ਜੇ ਹੁਣੇ ਜਾ ਕੇ ਬਬਲੂ ਨੇ ਦੱਸਤਾ ਨਾ ਵੀ ਉਹ ਵੇਖ ਵਿਖਾਲਾ ਕਰਨ ਚੱਲੇ ਆ, ਉਹਨਾਂ ਨੇ ਤਾਂ ਗੱਲ ਵੀ ਨਹੀਂ ਸਿਰੇ ਚੜ੍ਹਨ ਦੇਣੀ ਸਾਡੀ। ਉਹਦੀਆਂ ਨਜ਼ਰਾਂ 'ਚ ਜੇ ਰੋਟੀ ਲੰਘ ਜਾਏ ਨਾ ਉਹ ਨਹੀਂ ਹਜਮ ਹੁੰਦੀ, ਤੇ ਇਹ ਫੇਰ ਰਿਸ਼ਤਾ ਵਾ, ਇਹ ਸਗੋਂ ਹੀ ਨਹੀਂ ਸਿਰੇ ਚੜ੍ਹਨਾ। ਸੋਨੂੰ ਮੈਂ ਤੇਰੀ ਮਾਂ ਵਾਂ, ਮੈਨੂੰ ਤਾਂ ਫਿਕਰ ਹੋਣੀ ਆ। ਜੇ ਰਿਸ਼ਤਾ ਹੋ ਵੀ ਜਾਊਗਾ ਨਾ ਤੇ ਘਰ ਆਣ ਕੇ ਗੱਲ ਨਾ ਕਰੀ, ਉਹਨੇ ਤਾਂ ਸਗੋਂ ਮਚਣਾ ਵਾ। ਆਹੋ 11 ਵੱਜ ਗਏ, ਤੂੰ ਕੱਢ ਮੋਟਰਸਾਈਕਲ ਬਾਹਰ ਤੇ ਮੈਂ ਪਰਸ ਲਿਆਵਾਂ ਨਾਲੇ ਵੇਖ ਲਾ। ਚੱਲ ਚੱਲ ਕੱਢ। ਮੰਮੀ ਕਿਉਂ ਨਹੀਂ ਸਮਝਦੇ ਇਹ ਗੱਲ ਕਿ ਜੇ ਅਸੀਂ ਉਹਨਾਂ ਨਾਲ ਪਿਆਰ ਨਾ ਰਵਾਂਗੇ ਤੇ ਉਹ ਵੀ ਬਦਲ ਜਾਣਗੇ? ਅਕਸਰ ਉਹ ਵੀ ਤੇ ਸਾਡੇ ਜੀ ਆ। ਉਦਾਂ ਵੀ ਮੰਮੀ ਨੂੰ ਸੋਚਣਾ ਚਾਹੀਦਾ ਹੈ ਕਿ ਸਾਡਾ ਕਿਹੜਾ ਬਹੁਤਾ ਟੱਬਰ ਵਾ। ਚਾਚੀ ਹੁਣਾਂ ਨੂੰ ਨਾਲ ਲੈ ਕੇ ਜਾਣਾ ਚਾਹੀਦਾ ਹੈ। ਪਰ ਜੇ ਮੈਂ ਮੰਮੀ ਨੂੰ ਇਹ ਗੱਲ ਕਹੀ ਤਾਂ ਮੰਮੀ ਨੇ ਤੇ ਮੇਰੇ ਹੀ ਗੱਲ ਪੈ ਜਾਣਾ। ਚੱਲ ਕੋਈ ਨਹੀਂ, ਜੇ ਤੇ ਗੱਲ ਬਣ ਗਈ ਤੇ ਚਾਚੀ ਨੂੰ ਮੈਂ ਆਪੇ ਦੱਸ ਦਊਂ ਆਣ ਕੇ। ਇਹ ਬੜਾ ਪਰਸ ਫੜ ਕੇ ਦੋਵੇਂ ਜਣੇ ਸਿਰ ਸਿਰੇ ਤਿਆਰ ਹੋ ਕੇ ਨਿਕਲ ਗਏ ਨੇ। ਲੱਗਦਾ ਕੋਈ ਜ਼ਰੂਰੀ ਕੰਮ ਹੈ। ਕੋਈ ਗੱਲ ਨਹੀਂ, ਜਿੰਨਾ ਮਰਜ਼ੀ ਲਿਖਾ ਲਏ, ਪਤਾ ਤਾਂ ਮੈਂ ਕਰਕੇ ਹੀ ਰਹਿਣਾ। ਬੇ ਬਬਲੂ ਤੈਨੂੰ ਸੁਣਦਾ ਨਹੀਂ ਮੈਂ ਆਵਾਜ਼ਾਂ ਮਾਰਨ ਨਹੀਂ? ਮੰਮੀ ਹੌਲੀ ਬੋਲਿਆ ਕਰੋ, ਏਦਾਂ ਆਣ ਕੇ ਬੋਲਣ ਡੇ ਆ, ਮੇਰਾ ਸੀਨੇ ਵਿੱਚੋਂ ਦਿਲ ਬਾਹਰ ਨਿਕਲ ਲੱਗਾ ਸੀ। ਸਰ ਜੇ ਤੇਰਾ ਦਿਲ ਇੱਦਾਂ ਹੀ ਉੱਤੇ ਧਰਿਆ ਜਿਹੜਾ ਸੀਨੇ 'ਚੋਂ ਬਾਹਰ ਆ ਚੱਲਿਆ ਵਾ, ਉਹ ਨਾ ਫੜਾ ਫੋਨ ਮੈਨੂੰ। ਉਹ ਕੀ ਗੱਲ ਹੋਈ ਆ? ਯੋ ਇਹ ਡੱਬੇ ਜਿਹਦੇ ਵਿੱਚ ਕੀ ਆ, ਸਾਰਾ ਦਿਨ ਟੋਚ ਟੋਚ ਕਰਦਾ ਰਹਿੰਦਾ ਵਾ। ਮੰਮੀ ਤੁਹਾਨੂੰ ਇਹ ਡੱਬਾ ਜਿਹਾ ਲੱਗਦਾ ਵਾ? 15-20 ਹਜ਼ਾਰ ਖਰਚ ਕੇ ਤੇ ਮੈਂ ਫੋਨ ਲਿਆ ਵਾ ਇਹ ਡੱਬੇ ਜਿਹੇ ਵਿੱਚ। ਮੰਮੀ ਇੱਧਰ ਫੜਾਓ ਮੇਰਾ ਫੋਨ, ਮੈਂ ਗੇਮ ਖੇਡਣ ਡਿਆ ਸੀ।
ਤੁਸੀਂ ਫੋਨ ਖੋ ਕੇ ਤੇ ਮੇਰਾ ਸਾਰਾ ਹੀ ਮਜ਼ਾ ਮਾਰਤਾ ਵਾ, ਹੁਣ ਮੈਨੂੰ ਦੁਬਾਰਾ ਸ਼ੁਰੂ ਕਰਨੀ ਪੈਣੀ ਹੈ। ਦੇਣੀ ਹੈ ਮੈਂ ਤੈਨੂੰ ਫੋਨ, ਪਹਿਲਾਂ ਇੱਧਰ ਮੇਰੀ ਗੱਲ ਤਾਂ ਸੁਣ। ਹਾਂਜੀ ਦੱਸੋ ਕਿਹੜੀ ਗੱਲ ਆ। ਵੇ ਬਬਲੂ ਮੇਰੀ ਗੱਲ ਸੁਣ, ਤੈਨੂੰ ਪਤਾ ਤੇ ਤਾਈ ਤੇ ਸੋਨੂੰ ਕਿੱਧਰ ਗਏ? ਸਵੇਰੇ ਤਾਂ ਤੂੰ ਸੋਨੂੰ ਦੇ ਲਾਗੇ ਬੈਠਾ, ਉਹ ਦੱਸਿਆ ਤੈਨੂੰ? ਲੈ ਦੱਸ ਮੰਮੀ, ਤੁਹਾਨੂੰ ਨਹੀਂ ਕੁਝ ਦੱਸ ਕੇ ਗਏ? ਲੈ ਅੱਗੇ ਤਾਈ ਤੇਰੀ ਕੋਈ ਦੱਸਦੀ ਹੁੰਦੀ ਹੈ ਮੈਨੂੰ? ਆਹੋ ਜਦੋਂ ਗੱਲ ਹੀ ਸੜੀ ਕਰਨੀ ਹੈ ਤਾਂ ਦੱਸਣਾ ਮੈਂ ਕੀ ਤੁਹਾਨੂੰ। ਵੇ ਕੀ ਹੌਲੀ ਹੌਲੀ ਗੁਣ 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 ਕਰੀ ਜਾਂਦਾ ਵਾ, ਕੋਈ ਪਤਾ ਤੈਨੂੰ ਮਾਂ ਪੁੱਤ ਕੀ ਕਰਦੇ ਫਿਰਦੇ? ਮੰਮੀ ਦੱਸ ਤੇ ਮੈਂ ਤੁਹਾਨੂੰ ਦਿੰਦਾ ਹਾਂ, ਆ ਕਿਤੇ ਇਹ ਨਾ ਹੋਵੇ ਤੁਸੀਂ ਤਾਈ ਨੂੰ ਪੁੱਛਦੇ ਫਿਰਿਓ। ਅੱਗੇ ਅੱਜ ਸਵੇਰੇ ਸਵੇਰੇ ਤਾਈ ਮੇਰੇ ਵੱਲ ਔਖਾ ਔਖਾ ਇੱਦਾਂ ਵੇਖਣ ਡੇ ਸੀ ਜਿੱਦਾਂ ਨਾ ਉਹਨਾਂ ਨੇ ਮੈਨੂੰ ਕੱਚਿਆਂ ਹੀ ਖਾ ਜਾਣਾ ਹੁੰਦਾ ਵਾ। ਮੈਂ ਭਾਵੇਂ ਤੈਨੂੰ ਜੋ ਮਰਜ਼ੀ ਕਹਾਂ ਉਹਦੀ ਕੀ ਜ਼ਰੂਰਤ ਹੈ ਤੈਨੂੰ ਕੁਛ ਕਹਿਣ ਦੀ? ਜੇ ਤੂੰ ਮੈਨੂੰ ਉਦੋਂ ਦੱਸ ਦੇ ਨਾ ਤੇਰੇ ਨਾਲ ਡੇਲੇ ਕੱਢਦੀ, ਉਦੋਂ ਮੈਂ ਡੇਲੇ ਬਾਹਰ ਕੱਢ ਕੇ ਤੇ ਕਲੀ ਜੋਟਾ ਖੇਡਣ ਡਾ ਬੜਾ। ਮੰਮੀ ਮੈਂ ਤੇ ਤੁਹਾਨੂੰ ਤਾਂ ਨਹੀਂ ਦੱਸਿਆ, ਮੈਂ ਐਵੇਂ ਵੀਰ ਵਿਚਾਰੇ ਨੂੰ ਕਸੂਮਤ ਲਾਉਣੀ ਆ। ਭਾਜੀ ਹੁਣੀ ਕੁੜੀ ਵੇਖਣ ਚੱਲੇ, ਲੱਗਦਾ ਅੱਜ ਮੰਗਣੀ ਆ। ਸੋਨੂ ਵੀਰ ਨੇ ਜਦੋਂ ਮੈਨੂੰ ਇਹ ਗੱਲ ਦੱਸੀ ਨਾ ਤੇ ਮੈਨੂੰ ਬੜੀ ਖੁਸ਼ੀ ਹੋਈ ਤੇ ਸੋਨੂ ਵੀਰ ਵੀ ਬੜਾ ਖੁਸ਼ ਹੋਇਆ। ਮੈਂ ਵੀ ਸੋਚਿਆ ਸ਼ੁਕਰ ਆ ਕਿਤੇ ਸਾਡੇ ਘਰ ਵੀ ਕੋਈ ਪ੍ਰੋਗਰਾਮ ਹੋਣ ਲੱਗਾ ਤੇ ਭੰਗੜੇ ਸ਼ੰਗੜੇ ਪਾਵਾਂਗੇ, ਪਰ ਤਾਈ ਨੇ ਆ ਕੇ ਨਾ ਸਾਰਾ ਮੂਡ ਹੀ ਖਰਾਬ ਕਰਤਾ ਮੇਰਾ। ਮੈਂ ਦਫਾ ਹੋਣਿਆ ਭੰਗੜੇ ਜਾਂ ਲੱਗਦਿਆ, ਜੇ ਕਿਤੇ ਇੰਨੀ ਗੱਲ ਮੈਨੂੰ ਪਹਿਲਾਂ ਦੱਸ ਦਿੰਦਾ ਨਾ ਤੇ ਆਨੇ ਬਹਾਨੇ ਮੈਂ ਵੀ ਇਹਨਾਂ ਨਾਲ ਚੱਲ ਜਾਂਦੀ, ਤੇ ਜੇ ਕਿਤੇ ਉਹਨਾਂ ਦੀ ਗੱਲ ਬਣ ਗਈ ਨਾ ਤੇ ਤੇਰੇ ਪੈਰਾਂ 'ਚ ਕੰਡੇ ਖਿਲਾਰ ਜਾਣੇ। ਮੇਰੇ ਪੈਰਾਂ 'ਚ ਕੰਡੇ ਖਿਲਾਰ ਜਾਣੇ? ਉਹ ਮੰਮੀ ਇਹ ਕੀ ਸੋਚਦੇ ਰਹਿੰਦੇ ਆ, ਮਤਲਬ ਕੀ ਇਹ ਗੱਲ ਦਾ? ਰਿਸ਼ਤਾ ਵੀਰ ਦਾ ਹੋਣਾ ਵਾ, ਮੇਰੇ ਪੈਰਾਂ 'ਚ ਕੀ ਕੰਡੇ? ਮੈਂ ਜਿਹੜੇ ਏਸੀ ਵਾਲੇ ਕਮਰੇ 'ਚ ਦਿਨ ਰਾਤ ਲੇਟੇ ਮਾਰਦਾ ਰਹਿੰਦਾ ਨਾ ਤੇ ਉਹਦੇ ਮਾਂ ਪੁੱਤ ਲੋਬੀ ਵਿੱਚ ਸੌਂ ਜਾਂਦੇ ਸੀ ਤੇ ਫਿਰ ਤੂੰ ਲੋਬੀ ਵਿੱਚ ਸੌਵੇਂਗਾ ਤੇ ਉਹਨਾਂ ਨੇ ਆ ਕੇ ਨਾ ਅਗਲੀ ਨੇ ਆ ਕਮਰੇ ਦੀ ਗੱਲ ਛੱਡ ਦੇ, ਅਗਲੀ ਦੇ ਘਰ 'ਚ ਮੱਲ ਮਾਰ ਕੇ ਬਹਿ ਜਾਣਾ, ਫਿਰ ਵੇਖੀ ਹਰਿਆ ਹਰੇ। ਫਿਰ ਤੇ ਤਾਈ ਨੇ ਵੀ ਕਹਿਣਾ ਵਾ ਸਾਰੀ ਉਮਰ ਦੇ ਕਮਰਾ ਸਾਂਭ ਛੱਡਿਆ ਵਾ, ਹੁਣ ਸਾਡੀ ਵਾਰੀ ਹੈ। ਮੰਮੀ ਤੁਸੀਂ ਤਾਂ ਟੈਨਸ਼ਨ ਲੈਣੀ ਲੈਣੀ ਆ, ਨਾਲ ਤੁਸੀਂ ਮੈਨੂੰ ਵੀ ਦੇਈ ਜਾਣਦੇ ਆ। ਲੈਂਦਾ ਨਾ ਕਮਰਾ ਵੀਰ ਤੇ ਲੈ ਲਵੇ, ਓਦਾਂ ਵੀ ਇਹ ਪੁਰਾਣਾ ਹੋ ਗਿਆ ਵਾ। ਕੋਈ ਨੀ ਮੰਮੀ ਆਪਾਂ ਪਰਲੇ ਵਿਹੜੇ 'ਚ ਨਾ ਵਧੀਆ ਜਿਹਾ ਲੈਂਟਰ ਵਾਲਾ ਕਮਰਾ ਪਾ ਕੇ ਤੇ ਵੱਡਾ ਜਿਹਾ ਏਸੀ ਲਵਾਵਾਂਗੇ। ਦੇਖਾਂ ਫੜਾ ਏਦਾਂ ਮਾਰਦਾ ਵਾ ਜਿਵੇਂ ਚੈੱਕ ਕੱਢ ਕੇ ਤੇ ਮੇਰੇ ਹੱਥ ਵਿੱਚ ਰੱਖਿਆ ਹੁੰਦਾ ਵਾ, ਚੱਪਲ ਲੈਣ ਜੋਗੇ ਤੇ ਤੇਰੇ ਕੋਲ ਪੈਸੇ ਨੀ ਹੈਗੇ ਤੇ ਸੁਪਨੇ ਵੱਡੇ ਵੱਡੇ। ਮੈਂ ਸੋਨੂੰ ਹੋਰਾਂ ਦੇਖ ਘਰ ਦੀ ਜੇ ਮਨ ਮਡਾਈ ਵੀ ਨੀ ਕੀਤੀ ਤੇ ਸਾਡੇ ਕੋਈ ਇੰਨੇ ਪੈਸੇ ਵੀ ਹੈ ਨੀ ਜਿਹੜਾ ਅਸੀਂ ਇੱਕ ਬਾਥਰੂਮ ਵੀ ਬਣਾ ਲਈਏ। ਕੋਈ ਨੀ ਮੰਮੀ ਸੁਪਨੇ ਨਿਆ ਹੀ ਸੱਚ ਹੁੰਦੇ ਆ, ਹੋ ਸਕਦਾ ਕੱਲ ਨੂੰ ਤੇਰਾ ਮੁੰਡਾ ਤਾਜ ਮਹਿਲ ਹੀ ਬਣਾ ਲਏ ਤੇਰੀ ਨੂੰਹ ਆ ਤੇ। ਮੈਂ ਮਰ ਜਾਣੀ ਆ, ਮਾਂ ਦਾ ਨਾਂ ਨਾ ਕਦੇ ਲਈ, ਜਨਾਨੀ ਦੀ ਤੈਨੂੰ ਪਹਿਲਾਂ ਹੀ ਪੈ ਗਈ। ਆ ਜਾਓ ਬਹੂ ਭੈਣ ਜੀ। ਵੇਖਿਆ ਭੈਣ ਜੀ, ਮੰਨ ਗਏ ਨਾ ਉਹ, ਬਣ ਗਈ ਗੱਲ। ਮੈਂ ਤੁਹਾਨੂੰ ਪਹਿਲਾਂ ਹੀ ਆਖਿਆ ਸੀ ਵੀ ਕੁੜੀ ਵੀ ਸੋਹਣੀ ਹੈ ਤੇ ਗੱਲ ਵੀ ਭੈਣ ਜੀ ਸਾਡੀ ਬਣ ਜਾਣੀ ਹੈ, ਤੇ ਹੁਣ ਤੁਸੀਂ ਆਪਣੇ ਅੱਖੀ ਵੇਖ ਲਿਆ, ਕੁੜੀ ਵੀ ਕਿੱਡੀ ਸੋਹਣੀ, ਉੱਚੀ ਲੰਮੀ, ਜਵਾਨ, ਕੰਮ ਕਰਨ ਵੀ ਚੰਗੀ ਹੈ। ਆਹ ਤਾਂ ਤੁਸੀਂ ਬਹੁਤਾ ਹੀ ਵਧੀਆ ਕੀਤਾ ਜਿਹੜਾ ਤੁਸੀਂ ਸਾਨੂੰ ਉਹਨਾਂ ਨਾਲ ਮਿਲਵਾ ਦਿੱਤਾ, ਤੇ ਨਾਲੇ ਸੋਨੂੰ ਨੂੰ ਵੀ ਉਹਨਾਂ ਨੇ ਵੇਖ ਲਿਆ ਵਾ, ਤੇ ਉਹਨਾਂ ਨੂੰ ਵੀ ਤਸੱਲੀ ਹੋ ਗਈ ਆ ਭੈਣ ਜੀ। ਹਾਂਜੀ ਹਾਂਜੀ ਭੈਣ ਜੀ, ਹੁਣ ਤੁਸੀਂ ਪਰਵਾਹ ਨਾ ਕਰਿਓ, ਹੁਣ ਵਿਆਹ ਦੀ ਤਰੀਕ ਵਾਸਤੇ ਵੀ ਨਾ ਉਹਨਾਂ ਨੇ ਛੇਤੀ ਮਨਾ ਲੈਣਾ, ਪਰ ਇੱਕ ਗੱਲ ਦਾ ਖਿਆਲ ਰੱਖਿਓ ਜਿਹੜਾ ਸਾਡਾ ਉਦੋਂ ਦਾ ਵਾਅਦਾ ਹੋਇਆ ਹੈ। ਉਹ ਕੁਛ ਨਹੀਂ ਪੁੱਤ, ਭੈਣ ਜੀ ਨੂੰ ਥੋੜ੍ਹਾ ਬਹੁਤਾ ਸ਼ਗਨ ਤਾਂ ਬਣਦਾ ਹੀ ਆ ਨਾ, ਮੈਂ ਉਹਦੀ ਗੱਲ ਕਰਨ ਡਈ ਹਾਂ ਸ਼ਗਨ ਦੀ। ਬਾਕੀ ਭੈਣ ਜੀ ਤੁਸੀਂ ਛੇਤੀ ਤੋਂ ਛੇਤੀ ਗੱਲ ਬਣਾਓ ਤੇ ਚੁੰਨੀ ਚੜ੍ਹਾਈ ਕਰਾ ਦਿਓ, ਸਾਨੂੰ ਹੋਰ ਕੁਛ ਨਹੀਂ ਚਾਹੀਦਾ। ਮੈਂ ਤਾਂ ਕਹਿੰਦੀ ਹਾਂ ਭੈਣ ਜੀ ਭਾਵੇਂ ਉਹ ਲਾਵਾਂ ਵਾਲਾ ਸੂਟ ਵੀ ਨਾ ਬਣਾਉਣ, ਅਸੀਂ ਆਪੇ ਬਣਾ ਲਾਂਗੇ। ਨਹੀਂ ਨਹੀਂ ਭੈਣ ਜੀ,
ਕੋਈ ਐਡਾ ਰਿਹਾ ਵੀ ਨਹੀਂ ਹੁੰਦਾ ਵੀ ਆਪਣੀ ਧੀ ਭੈਣ ਨੂੰ ਜਾਂ ਤੋਰਨ ਲੱਗਿਆ ਤਿੰਨ ਕੱਪੜੇ ਵੀ ਨਾ ਪਾਏ, ਉਹ ਤੇ ਜ਼ਰੂਰ ਪਾਉਣਗੇ ਉਹ। ਭੈਣ ਜੀ ਇਹ ਕੀ ਆਂਦਾ? ਕੁਝ ਨਹੀਂ, ਇਹ ਕਹਿਣ ਡਿਆ ਵਾ ਕਿ ਕੁੜੀ ਵਾਲਿਆਂ ਨੇ ਤੁਸੀਂ ਸਾਰੀ ਗੱਲ ਕੀਤੀ ਆ ਕਿ ਮੈਂ ਬੋਲਦਾ ਨਹੀਂ। ਆਹੋ ਆਹੋ ਦੱਸਿਆ ਵਾ ਸਾਰਾ ਕੁਝ, ਜੇ ਨਹੀਂ ਯਕੀਨ ਨਾ ਭਾਵੇਂ ਭੈਣ ਜੀ ਨੂੰ ਪੁੱਛ ਲਾ। ਕਿਉਂ ਭੈਣ ਜੀ, ਤੁਸੀਂ ਦੱਸਿਆ ਵਾ ਨਾ ਸਾਰਾ ਕੁਝ ਕੁੜੀ ਵਾਲਿਆਂ ਨੂੰ? ਹਾਂ ਹਾਂ ਪੁੱਤ ਸਭ ਕੁਝ ਦੱਸਿਆ, ਤੂੰ ਬੇਫਿਕਰ ਆ ਰਿਹਾ, ਤੂੰ ਕੋਈ ਚਿੰਤਾ ਨਾ ਕਰ, ਮੈਂ ਸਾਰੀ ਗੱਲ ਖੋਲ ਲਈ ਕੁੜੀ ਵਾਲਿਆਂ ਨਾਲ। ਭੈਣ ਜੀ ਵਧਾਈ ਹੋਏ, ਨਾਲੇ ਸੋਨੂੰ ਤੈਨੂੰ ਵੀ ਵਧਾਈ ਹੋਏ ਨਾਲ ਪੁੱਤ। ਕਾਹਦੀ ਵਧਾਈ ਰਾਣੀ? ਦੀਦੀ ਮੈਨੂੰ ਪਤਾ ਲੱਗ ਗਿਆ ਤੁਸੀਂ ਸੋਨੂੰ ਦਾ ਵੇਖ ਖਾਈਆ ਕਰਕੇ ਆਏ, ਨਾਲੇ ਕਿਤੇ ਸਾਨੂੰ ਤੇ ਨਾਲ ਲੈ ਕੇ ਜਾਂਦੇ, ਅਸੀਂ ਵੀ ਕੁੜੀ ਵੇਖ ਆਉਂਦੇ। ਅਜੇ ਰੋਕਾ ਹੀ ਕੀਤਾ ਵਾ, ਉੱਥੇ ਵਿਆਹ ਨਹੀਂ ਦਿੱਤਾ, ਇੰਨਾ ਮੇਲ ਇਕੱਠਾ ਕਰਕੇ ਤੇ ਉਹਨਾਂ ਨੂੰ ਖਰਚਾ ਪਾਉਣਾ ਸੀਗਾ। ਵੇਖ ਲਾ ਦੀਦੀ ਮੁੰਡੇ ਨੂੰ ਕਿੰਨਾ ਪਤਾ ਵਾ ਕਿ ਤਾਈਆਂ ਚਾਚੀਆਂ ਕੀ ਹੁੰਦੀਆਂ ਨੇ, ਇਹਨਾਂ ਨੇ ਮੈਨੂੰ ਫਿਰ ਵੀ ਪਹਿਲ ਦਿੱਤੀ ਆ। ਪਤਾ ਮੇਰੇ ਪੁੱਤ ਨੂੰ ਕਿਹੜਾ ਰਿਸ਼ਤਾ ਕਿੱਥੇ ਰੱਖਣਾ ਵਾ, ਤੂੰ ਆਪਣੀ ਪਰਿਸ਼ ਵੇਖ। ਚੱਲ ਗਏ ਸੋਨੂੰ, ਆ ਜਾ ਪਾਣੀ ਪੂਣੀ ਪੀਏ ਘੁੱਟ, ਆਉਂਦੀਆਂ ਡੇਰਾ ਲਾ ਕੇ ਬਹਿ ਗਈ ਆ ਪੁੱਛ ਗਿੱਛ ਕਰਨ ਨੂੰ। ਇੱਕੇ ਕਿੰਨੀ ਤੇਜ਼ ਵਾ, 24 ਘੰਟੇ ਦੂਜਿਆਂ ਵਾਲੀ ਧਿਆਨ ਰੱਖਦੀ ਆ, ਕੋਈ ਕਿੱਧਰ ਆਉਂਦਾ ਤੇ ਕਿੱਧਰ ਨੂੰ ਜਾਂਦਾ। ਆਪਣਾ ਆਪ ਸਾਂਭੇ ਹਾਂ, ਆਉਂਦੇ ਮੇਰੇ ਨਾਲ ਮੱਥਾ ਲਾਉਣ ਲੱਗ ਪਈ, ਹੁਣ ਸੋਨੂੰ ਨੂੰ ਇਹਦੇ ਕੋਲ ਬਚਾ ਕੇ ਰੱਖਣਾ ਪੈਣਾ, ਇਹ ਨਾ ਕਿਤੇ ਹੋਵੇ ਮੇਰੇ ਪੁੱਤ ਨੂੰ ਇਹਦੀਆਂ ਬੁਰੀਆਂ ਨਜ਼ਰਾਂ ਲੱਗ ਜਾਣ ਅਤੇ ਮੇਰੇ ਪੁੱਤ ਨੂੰ ਉਹ ਨਾ ਕਰ ਦੇਣ ਕੁੜੀ ਵਾਲੀ। ਨਾ ਨਾ ਭੈਣ, ਇਹ ਕਿਹੋ ਜਿਹੀਆਂ ਗੱਲਾਂ ਤੁਸੀਂ ਮੂੰਹ ਕੱਢੀ ਜਾਣਦੇ ਹੋ, ਇੱਦਾਂ ਨਾ ਬੋਲੋ, ਸਭ ਕੁਛ ਸ਼ੁੱਭ ਹੀ ਹੋਊਗਾ। ਅਮਨ ਮੇਰੀ ਗੱਲ ਸੁਣ, ਮੰਮੀ ਜੀ ਨੂੰ ਸੁਣਾ ਦੇ ਦੀ ਵੀ ਬਬਲੂ ਥੋੜ੍ਹਾ ਠਹਿਰ ਕੇ ਆਊਗਾ, ਉਹ ਮੈਂ ਆਪਣੇ ਫਰੈਂਡ ਵੱਲ ਚੱਲਾਂ, ਮੈਨੂੰ ਫੋਨ ਆਉਣ ਡਿਆ ਸੀ ਉਹਦਾ। ਠੀਕ, ਬੂਹਾ ਮਾਰ ਲਾ ਨਾਲੇ। ਅਮਨ ਆ ਗਈ ਹੈ? ਹਾਂਜੀ ਮੰਮੀ ਆ ਗਈ ਹਾਂ, ਬਾਹਰ ਬੜੀ ਗਰਮੀ ਹੈ ਅੱਜ। ਅੱਛਾ ਚੱਲ ਫਿਰ ਤੂੰ ਲੰਮੇ ਪੈ ਤੇ ਮੈਂ ਤੇਰੇ ਲਈ ਪਾਣੀ ਲਿਆਵਾਂ। ਨਹੀਂ ਨਹੀਂ ਮੰਮੀ ਪਾਣੀ ਨਾ ਲਿਆਇਓ, ਮੈਂ ਤੇ ਬਬਲੂ ਵੀਰ ਆਉਂਦੇ ਹੋਏ ਨਾ ਜੂਸ ਪੀ ਕੇ ਆਏ ਆ। ਅੱਛਾ ਤੇ ਬਬਲੂ ਕਿੱਥੇ ਖਲੋ ਗਿਆ? ਮੰਮੀ ਉਹਦੇ ਨਾ ਵੀਰ ਦੇ ਨਾ ਯਾਰ ਦੋਸਤ ਦਾ ਕਿਸੇ ਦਾ ਫੋਨ ਆ ਗਿਆ ਸੀ ਤੇ ਉਹ ਮੈਨੂੰ ਤਾਰ ਕੇ ਉੱਥੋਂ ਹੀ ਚਲ ਗਿਆ। ਅਮਨ ਹੋਰ ਫਿਰ ਕਿੱਦਾਂ ਤੇਰੇ ਨਵੇਂ ਕਾਲਜ ਦੀ ਪੜ੍ਹਾਈ ਕਿੱਦਾਂ ਫਿਰ? ਹਾਂਜੀ ਮੰਮੀ ਪੜ੍ਹਾਈ ਤੇ ਬਹੁਤ ਵਧੀਆ ਵਾ, ਬਸ ਇਹੋ ਹੀ ਪ੍ਰੋਬਲਮ ਆ ਕਿ ਦੂਰ ਬੜਾ ਵਾ। ਚੱਲ ਅਮਨ ਜੇ ਪੜ੍ਹਾਈ ਚੰਗੀ ਹੈ ਤੇਰਾ ਮਨ ਲੱਗਿਆ ਤੇ ਫਿਰ ਦੂਰ ਕੀ ਤੇ ਨੇੜੇ ਕੀ। ਮੰਮੀ ਆਹ ਗੱਲਾਂ ਛੱਡੋ, ਸੱਚ ਮੈਂ ਨਾ ਤੁਹਾਨੂੰ ਇੱਕ ਜ਼ਰੂਰੀ ਗੱਲ ਦੱਸਣੀ ਸੀ। ਹਾਏ ਐਡੀ ਕਿਹੜੀ ਜ਼ਰੂਰੀ ਗੱਲ ਆ ਜਿਹੜੀ ਤੂੰ ਮੈਨੂੰ ਦੱਸਣੀ? ਮੰਮੀ ਇੱਧਰ ਵੇਖੋ ਤੁਸੀਂ। ਲੈ ਅੱਜ ਚ ਵੇਖਣ ਵਾਲੀ ਕਿਹੜੀ ਗੱਲ ਆ, ਇਹ ਤੇ ਸੋਨੂੰ ਦੀ ਫੋਟੋ ਆ। ਮੰਮੀ ਸੋਨੂੰ ਦੀ ਫੋਟੋ ਆ, ਤੁਹਾਨੂੰ ਪਤਾ ਵੀ ਹੈ ਇਹ ਫੋਟੋ ਕਿਹਨੇ ਪਾਈ ਹੈ ਮੈਨੂੰ? ਕਿਹਨੇ ਪਾਈ ਹੈ? ਮੰਮੀ ਮੇਰੀ ਸਹੇਲੀ ਨੇ ਪਾਈ ਆ ਇਹ ਫੋਟੋ ਮੈਨੂੰ। ਤੇਰੀ ਸਹੇਲੀ ਨੇ? ਤੈਨੂੰ ਕਿਉਂ ਫੋਟੋ ਪਾਈ? ਮੰਮੀ ਦੱਸਦੀ ਆ, ਉਹ ਨਾ ਕੱਲ ਕਾਲਜ ਨਹੀਂ ਆਈ ਤੇ ਮੈਂ ਉਹਨੂੰ ਪੁੱਛਿਆ ਕਿ ਤੂੰ ਕੱਲ ਕਿਉਂ ਨਹੀਂ ਆਈ ਤੇ ਉਹ ਮੈਨੂੰ ਕਹਿੰਦੀ ਮੈਂ ਤਾਂ ਨਹੀਂ ਆਈ ਕੱਲ ਮੇਰੀ ਭੈਣ ਦਾ ਰੋਕਾ ਸੀ ਤੇ ਫਿਰ ਮੈਂ ਉਹਨੂੰ ਕਿਹਾ ਮੈਂ ਚੱਲ ਵਿਖਾ ਹਾਂ ਦੀਦੀ ਦੀ ਫੋਟੋ ਤੇ ਜਦੋਂ ਉਹਨੇ ਮੈਨੂੰ ਫੋਟੋ ਵਿਖਾਈ ਨਾ ਤੇ ਆਹ ਵਿੱਚ ਸੋਨੂੰ ਭਾਜੀ ਦੀ ਫੋਟੋ ਸੀ
ਤੇ ਮੰਮੀ ਮੈਂ ਤੇ ਵੇਖ ਕੇ ਆਪ ਹੱਕੀ ਬੱਕੀ ਰਹਿ ਗਈ। ਵੇਖ ਲਓ ਮੰਮੀ, ਤਾਈ ਨੇ ਸਾਨੂੰ ਘਰ ਦੱਸਿਆ ਤੱਕ ਨਹੀਂ, ਫਿਰ ਕੀ ਹੋਇਆ ਜੇ ਸਾਨੂੰ ਦੱਸ ਦਿੰਦੇ, ਅਸੀਂ ਵੀ ਨਾਲ ਚੱਲ ਜਾਣਾ ਸੀ। ਕੋਈ ਗੱਲ ਨਹੀਂ ਅਮਨ, ਨਹੀਂ ਤੇ ਨਾ ਸਹੀ, ਨਹੀਂ ਸਾਨੂੰ ਨਾਲ ਲੈ ਕੇ ਗਏ ਤੇ ਅਸੀਂ ਕਿਹੜਾ ਐਡੇ ਵਿਹਲੇ ਇਹਨਾਂ ਨੂੰ ਸ਼ਗਨ ਪਾਉਣ ਦੀ, ਅਤੇ ਰਹੀ ਗੱਲ ਦੱਸਣ ਦੀ, ਕੋਈ ਨਹੀਂ ਨਹੀਂ ਦੱਸਿਆ ਤਾਂ ਸਾਨੂੰ ਤਾਂ ਵੀ ਤਾਂ ਪਤਾ ਲੱਗ ਹੀ ਗਿਆ ਨਾ। ਮੰਮੀ ਮੈਨੂੰ ਤਾਂ ਇੱਕ ਹੋਰ ਡਾਊਟ ਆ, ਮੈਨੂੰ ਤਾਂ ਲੱਗਦਾ ਵਾ ਤਾਈ ਹੋਣਾ ਨੇ ਉਹਨਾਂ ਨੂੰ ਇਹ ਨਹੀਂ ਦੱਸਿਆ ਕਿ ਸੋਨੂੰ ਵੀਰ ਗੂੰਗਾ ਵਾ, ਉਹ ਤਾਂ ਕੁੜੀ ਬੜੀ ਸੋਹਣੀ ਆ, ਨਾਲੇ ਪੜ੍ਹੀ ਲਿਖੀ ਆ, ਅਤੇ ਫਿਰ ਉਹ ਇਹ ਰਿਸ਼ਤੇ ਨੂੰ ਕਿੱਦਾਂ ਮੰਨ ਗਏ ਹੋਣਗੇ। ਅੱਛਾ ਇਹ ਗੱਲ ਹੈ, ਅਮਨ ਵੇਖ ਲੈ ਤਾਈ ਤੇਰੀ ਕਿੱਡੀ ਮਤਲਬੀ ਹੈ, ਆਪਣੇ ਮੁੰਡੇ ਨੂੰ ਵਿਆਹੁਣ ਦੇ ਚੱਕਰ 'ਚ ਨਾ ਅਤੇ ਕਿਸੇ ਦੀ ਧੀ ਦੀ ਜ਼ਿੰਦਗੀ ਖਰਾਬ ਕਰਨ ਡਈ ਹੈ, ਅਤੇ ਇੰਨਾ ਝੂਠ ਡਈ ਬੋਲ। ਚੱਲ ਕੋਈ ਨਹੀਂ ਮੰਮੀ, ਜੇ ਝੂਠ ਬੋਲਿਆ ਕਿਸੇ ਦੀ ਜ਼ਿੰਦਗੀ ਸਵਰ ਜਾਂਦੀ ਆ ਅਤੇ ਹੋਰ ਸਾਨੂੰ ਕੀ ਚਾਹੀਦਾ ਵਾ। ਜੇ ਸੋਨੂ ਵੀਰ ਦਾ ਵਿਆਹ ਇਹ ਕੁੜੀ ਨਾਲ ਹੋ ਵੀ ਜਾਂਦਾ ਵਾ ਨਾ, ਤਾਂ ਸੋਨੂ ਵੀਰ ਨੇ ਉਹਨੂੰ ਬੜਾ ਖੁਸ਼ ਰੱਖਣਾ ਵਾ ਮੰਮੀ, ਨਾਲੇ ਸੋਨੂ ਵੀਰ ਦਾ ਵੀ ਘਰ ਵੱਸ ਜੂਗਾ। ਇੱਦਾਂ ਕਿੱਦਾਂ ਘਰ ਵੱਸ ਜੂ, ਮੈਂ ਤਾਂ ਕਦੇ ਵੀ ਨਹੀਂ ਵੱਸਣ ਦੇ ਸਕਦੀ। ਕੋਈ ਨਹੀਂ, ਮੈਂ ਕਰਦੀ ਹਾਂ ਇਹ ਰਿਸ਼ਤੇ ਦਾ ਕੋਈ ਹੀ ਲਵਸੀਲਾ, ਮੈਂ ਪੁੱਛਣੀ ਅਮਨ ਨੂੰ ਇਹਦੀ ਸਹੇਲੀ ਦਾ ਘਰ ਕਿੱਥੇ ਆ। ਮੰਮੀ ਮੰਮੀ, ਤੁਸੀਂ ਕਿਹੜੀਆਂ ਸੋਚਾਂ 'ਚ ਪੈ ਗਏ ਆ, ਜਾਓ ਮੈਨੂੰ ਭੁੱਖ ਬੜੀ ਲੱਗੀ ਆ, ਰੋਟੀ ਲਿਆ ਦਿਓ ਮੈਨੂੰ। ਅਮਨ ਰੋਟੀ ਤਿੰਨ ਮੈਂ ਲਿਆ ਦਿੰਦੀ ਹਾਂ, ਅਤੇ ਮੈਨੂੰ ਇਹ ਦੱਸ ਤੇਰੀ ਸਹੇਲੀ ਦਾ ਘਰ ਕਿੱਥੇ। ਮੰਮੀ ਸਹੇਲੀ ਮੇਰੀ ਉਹ ਹੀ ਨੀਤੂ, ਜਿਹਨਾਂ ਦੇ ਘਰ ਅਸੀਂ ਬਰਥਡੇ ਪਾਰਟੀ 'ਤੇ ਗਏ ਸੀ। ਅੱਛਾ ਠੀਕ ਆ, ਫਿਰ ਚੱਲ ਤੂੰ ਬਹਿ ਜਾ ਅਤੇ ਮੈਂ ਰੋਟੀ ਲੈ ਕੇ ਆਉਂਦੀ ਤੇਰੀ। ਵੇਖ ਇੱਕ ਤਾਂ ਇੰਨੀ ਤੇਜ਼ ਹੈ, ਅਗਲੇ ਨੂੰ ਸ਼ਦਾਈ ਬਣਾ ਕੇ ਨਾ ਅਤੇ ਮੁੰਡਾ ਵਿਆਹ ਉਹਨੂੰ ਫਿਰਦੀ, ਅਤੇ ਵਿਚੋਲਣ ਵੀ ਨਾ ਐਡੀ ਹੈਗੀ ਹੈ। ਦੱਸ ਮੇਰੇ ਚੰਗੇ ਭਲੇ ਮੁੰਡੇ ਵਾਸਤੇ ਇਹਨੂੰ ਕੁੜੀ ਨਹੀਂ ਮਿਲੀ ਅਤੇ ਗੂੰਗੇ ਵਾਸਤੇ ਇਹਨੂੰ ਕੁੜੀ ਲੱਭ ਗਈ। ਦੱਸ ਇਹਨੇ ਚੰਨ ਨੂੰ ਦਾਗ ਲਾਉਣਾ, ਕਿੱਥੇ ਮੂਲੀ ਅਤੇ ਕਿੱਥੇ ਪਰੌਂਠਾ, ਇਹ ਕੁੜੀ ਨੇ ਤਾਂ ਮੇਰਾ ਬਬਲੂ ਜੱਚ। ਕੋਈ ਗੱਲ ਨਹੀਂ, ਮੈਂ ਕਰਨੀ ਕੋਈ ਹੀਲਾ ਸੀ, ਉਹ ਕੁੜੀ ਨੂੰ ਨਾ ਮੈਂ ਆਪਣੀ ਨੂੰਹ ਬਣਾ ਕੇ ਹਟਾਂ।